ਬੁੱਧ ਜੀਵਨ ਅਤੇ ਸਿੱਖਿਆਵਾਂ ਦੇ ਸਾਰੇ ਮੈਂਬਰਸ ਨੂੰ ਨਮੋ ਬੁੱਧਾ ਜੈ ਭੀਮ। ਸਾਥੀਓ, ਆਪ ਜੀ ਦੇ ਨਾਲ ਮੈਂ ਕੁਛ ਸਪੈਸ਼ਲ ਇੱਕ ਟੌਪਿਕ 'ਤੇ ਡਿਸਕਸ ਕਰਨਾ ਚਾਹੂੰਗਾ ਅਤੇ April ਦਾ ਮਹੀਨਾ ਵੈਸੇ ਹੀ ਆਪਣੇ ਲਈ, ਬਹੁਜਨ ਸਮਾਜ ਲਈ ਬੜਾ ਇੰਪੋਰਟੈਂਟ ਹੈ ਕਿਉਂਕਿ ਬਾਬਾ ਸਾਹਿਬ ਦਾ 14 April ਨੂੰ ਬਰਥ ਆਉਂਦਾ। 1 April 1935 ਨੂੰ ਜਿਹੜਾ ਭਾਰਤ ਦਾ ਰਿਜ਼ਰਵ ਬੈਂਕ ਹੈ, ਰਿਜ਼ਰਵ ਬੈਂਕ ਆਫ ਇੰਡੀਆ, ਇਹਦੀ ਸਥਾਪਨਾ ਹੋਈ ਸੀ। ਜਿਹੜਾ ਭਾਰਤ ਦਾ ਰਿਜ਼ਰਵ ਬੈਂਕ ਆਫ ਇੰਡੀਆ ਹੈਗਾ, ਇਹਦਾ 1 April 1935 ਨੂੰ ਇਹਦੇ ਸੈਟਅਪ ਕੀਤਾ, ਇਸਟੈਬਲਿਸ਼ ਕੀਤਾ ਗਿਆ ਸੀ। ਅੱਜ ਦੇ ਇਸ ਵਿਚਾਰ ਗੋਸ਼ਟੀ ਦੇ ਵਿੱਚ ਆਪਾਂ ਇਹ ਦੇਖਣਾ ਹੈਗਾ ਵੀ ਜਦੋਂ ਆਪ ਸਾਰਿਆਂ ਨੂੰ ਪਤਾ ਜਿਸ ਤਰ੍ਹਾਂ ਅੰਗਰੇਜ਼ਾਂ ਦਾ ਰਾਜ ਸੀਗਾ 1935 ਦੇ ਵਿੱਚ, ਅਤੇ ਇਸ ਰਿਜ਼ਰਵ ਬੈਂਕ ਨੂੰ ਸੈਟਅਪ ਕਰਨ ਦੇ ਵਿੱਚ ਕਿਹਨਾਂ ਭਾਰਤੀਆਂ ਦੀ ਸਭ ਤੋਂ ਜ਼ਿਆਦਾ ਇੰਪੋਰਟੈਂਟ ਰੋਲ ਇਹਨਾਂ ਦਾ ਰਿਹਾ, ਕਿਹਨਾਂ ਦੀ ਰਿਕਮੈਂਡੇਸ਼ਨ 'ਤੇ, ਕਿਹਨਾਂ ਦੇ ਦਿਮਾਗ ਸੀ, ਕਿਹਨਾਂ ਦਾ ਦਿਮਾਗ ਸੀ, ਕਿਹਨਾਂ ਦੀ ਮਿਹਨਤ ਸੀਗੀ, ਕਿਹਨਾਂ ਦਾ ਯੋਗਦਾਨ ਸੀਗਾ, ਕਿਹੜੇ ਲੀਡਰਸ ਦਾ, ਕਿਹੜੇ ਕੌਣ ਉਹ ਸ਼ਖਸ ਸੀਗੇ, ਕੌਣ ਉਹ ਇਨਸਾਨ ਸੀਗਾ ਜਿਹਨਾਂ ਦੀ ਸੋਚ 'ਤੇ, ਜਿਹਨਾਂ ਦੀ ਰਿਸਰਚ 'ਤੇ, ਜਿਹਨਾਂ ਦੇ ਮਿਹਨਤ 'ਤੇ ਇਹ ਜਿਹੜਾ ਰਿਜ਼ਰਵ ਬੈਂਕ ਸੈਟਅਪ ਕੀਤਾ ਗਿਆ ਸੀ, ਉਹ ਕਿਹੜਾ ਅਰਥ ਸ਼ਾਸਤਰੀ ਸੀ, ਕਿਹੜਾ ਉਹ ਇਕੋਨੋਮਿਸਟ ਸੀਗਾ, ਕਿਹੜਾ ਚਾਰਟਰਡ ਅਕਾਊਂਟੈਂਟ ਸੀ, ਕਿਹੜਾ ਫਾਈਨੈਂਸ਼ੀਅਲ ਐਡਵਾਈਜ਼ਰ ਸੀਗਾ, ਜਿਹਦੀ ਰਿਕਮੈਂਡੇਸ਼ਨ 'ਤੇ, ਜਿਹੜੀਆਂ ਰਿਸਰਚਿਸ 'ਤੇ, ਜਿਹੜੇ ਜਿਹਨਾਂ ਦੇ ਥੀਸਿਸ 'ਤੇ ਇਹ ਰਿਜ਼ਰਵ ਬੈਂਕ ਆਫ ਇੰਡੀਆ ਐਸਟੈਬਲਿਸ਼ ਕੀਤਾ ਗਿਆ, ਜਿਹਨਾਂ ਨੇ ਵੀ ਬਣਾਇਆ ਅੰਗਰੇਜ਼ਾਂ ਨੇ, ਕੌਣ ਸੀ ਉਹ ਬੰਦਾ। ਸਾਥੀਓ, ਬੜੀ ਹੈਰਾਨੀ ਔਰ ਖੁਸ਼ੀ ਹੋਊਗੀ ਕਿ ਇਹ ਜਿਹੜੀ ਰਿਕਮੈਂਡੇਸ਼ਨ, ਇਹ ਜਿਹੜਾ ਇਨਸਾਨ ਸੀਗਾ ਡਾਕਟਰ ਭੀਮ ਰਾਓ ਅੰਬੇਡਕਰ ਸੀਗੇ, ਬਾਬਾ ਸਾਹਿਬ ਦੀਆਂ ਰਿਕਮੈਂਡੇਸ਼ਨ 'ਤੇ ਇਹ ਜਿਹੜਾ ਰਿਜ਼ਰਵ ਬੈਂਕ ਆਫ ਇੰਡੀਆ ਇੰਡੀਆ ਅਸਟੈਬਲ ਹੋਇਆ ਸੀਗਾ। ਇਹਦਾ ਇਤਿਹਾਸ ਇਸ ਤਰ੍ਹਾਂ ਹੈਗਾ ਵੀ ਭਾਰਤ ਜਿਹੜੀ ਬ੍ਰਿਟਿਸ਼ ਗਵਰਨਮੈਂਟ ਨੇ, ਭਾਰਤ ਸਰਕਾਰ ਉਸ ਵੇਲੇ, ਉਹਨਾਂ ਨੇ ਜਿਹੜਾ ਫਾਈਨੈਂਸ਼ੀਅਲ ਜਿਹੜੀ ਆ ਸਿਚੁਏਸ਼ਨ ਸੀ, ਮੋਨਿਟਰੀ ਜਿਹੜੀ ਸਿਚੁਏਸ਼ਨ ਸੀਗੀ ਜਿਹੜੀ ਆ, ਉਹ ਕਾਫੀ ਰੁਪਏ ਦੀ ਵੈਲਿਊ ਬਹੁਤ ਘੱਟ ਰਹੀ ਸੀਗੀ, ਤਾਂ ਡਾਊਨਫਾਲ ਬਹੁਤ ਆ ਰਿਹਾ ਸੀ, ਪਰਚੇਜਿੰਗ ਪਾਵਰ ਬਹੁਤ ਘੱਟ ਰਹੀ ਸੀ, ਅਤੇ ਇਹਨੂੰ ਕੰਟਰੋਲ ਕਰਨ ਵਾਸਤੇ ਇਹਨਾਂ ਨੇ ਇੱਕ ਕਮਿਸ਼ਨ ਬਣਾਇਆ ਸੀ ਜਿਸ ਦਾ ਨਾਂ ਹਿਲਟਨ ਯੰਗ ਕਮਿਸ਼ਨ ਸੀਗਾ, ਜਿਹਨੂੰ ਰੋਇਲ ਕਮਿਸ਼ਨ ਵੀ ਕਹਿੰਦੇ ਆ, ਹਿਲਟਨ ਯੰਗ ਕਮਿਸ਼ਨ। ਇਹਨਾਂ ਨੇ ਇਹ ਰਿਸਰਚ ਕਰਨੀ ਸੀ ਵੀ ਇਹਨੂੰ ਕਿਸ ਤਰ੍ਹਾਂ ਕੰਟਰੋਲ ਕੀਤਾ ਜਾਵੇ, ਤਾਂ ਇਹਨਾਂ ਨੇ 1926 ਦੇ ਵਿੱਚ ਆਪਣੀ ਰਿਪੋਰਟ ਸਬਮਿਟ ਕੀਤੀ ਸੀਗੀ, ਤਾਂ ਉਹ ਜਿਹੜੀ 1934 ਦੇ ਵਿੱਚ ਜਿਹੜਾ ਅਸੈਂਬਲੀ ਨੇ ਇਹਨਾਂ ਰਿਕਮੈਂਡੇਸ਼ਨ 'ਤੇ ਇਹ ਜਿਹੜਾ ਇਹ ਪਾਸ ਕਰ ਦਿੱਤੀਆਂ ਸੀ। ਤਾਂ ਜਦੋਂ ਇਹ ਹਿਲਟਨ ਯੰਗ ਕਮਿਸ਼ਨ ਭਾਰਤ 'ਚ ਆਇਆ, ਤਾਂ ਇਹਦੇ ਜਿਹੜੇ ਜਿੰਨੇ ਵੀ ਮੈਂਬਰ ਸੀਗੇ, ਉਹਨਾਂ ਦੇ ਕੋਲ ਇੱਕ ਕਿਤਾਬ ਸੀਗੀ, ਉਹਨਾਂ ਕੋਲ ਇੱਕ ਬੁੱਕ ਸੀਗੀ, ਉਹ ਬੁੱਕ ਦਾ ਨਾਂ ਸੀਗਾ ਦ ਪ੍ਰੋਬਲਮ ਆਫ ਦ ਰੂਪੀ। ਬੁੱਕ ਦਾ ਨਾਂ ਸੀ ਦ ਪ੍ਰੋਬਲਮ ਆਫ ਦ ਰੂਪੀ, ਇਟਸ ਓਰੀਜਨ ਐਂਡ ਇਟਸ ਸੋਲਿਊਸ਼ਨ, ਜਿਹੜੀ ਕਿ ਬਾਬਾ ਸਾਹਿਬ ਨੇ ਲਿਖੀ ਸੀਗੀ। ਇਹਦੇ ਵਿੱਚ ਉਸ ਹਰੇਕ ਮੈਂਬਰ ਦੇ ਹੱਥ ਵਿੱਚ ਇਹ ਕਿਤਾਬ ਸੀ ਜਦੋਂ ਉਹ ਆਏ ਸਟੱਡੀ ਕਰਨ, ਕਮਿਸ਼ਨ ਭਾਰਤ ਆਇਆ, ਅਤੇ ਇਹ ਬੁੱਕ ਉਹਨਾਂ ਨੇ ਸਟੱਡੀ ਕੀਤੀ, ਸਰਚ ਕੀਤੀ, ਰਿਸਰਚ ਕੀਤੀ, ਇਸ ਜੋ ਇਹਦੇ ਵਿੱਚ ਜਿਹੜੀਆਂ ਬਾਬਾ ਸਾਹਿਬ ਨੇ ਇਸ ਬੁੱਕ ਦੇ ਵਿੱਚ ਜੋ ਗਾਈਡਲਾਈਨਸ ਦਿੱਤੀਆਂ ਸੀ, ਵਰਕਿੰਗ ਸਟਾਈਲ ਦਿੱਤਾ ਸੀਗਾ, ਆਊਟਲੁੱਕ ਜਿਹੜੀ ਪ੍ਰਜੈਂਟ ਕੀਤੀ ਸੀ, ਉਹਦੇ ਬਿਹਾਫ 'ਤੇ ਇਹ ਜਿਹੜੀਆਂ ਉਹਨਾਂ ਨੇ ਰਿਕਮੈਂਡੇਸ਼ਨ ਦਿੱਤੀਆਂ ਗਵਰਨਮੈਂਟ ਨੂੰ, ਤਾਂ ਉਹ 'ਤੇ ਜਿਹੜਾ ਬਿੱਲ ਪਾਸ ਹੋਇਆ 1934 ਵਿੱਚ, ਤਾਂ 1 April 1935 ਨੂੰ ਇਹ ਜਿਹੜੀਆਂ ਰਿਕਮੈਂਡੇਸ਼ਨ ਦੇ ਬਿਹਾਫ 'ਤੇ ਰਿਜ਼ਰਵ ਬੈਂਕ ਆਫ ਇੰਡੀਆ ਦੀ ਜਿਹੜੀ ਸਥਾਪਨਾ ਕੀਤੀ ਗਈ। ਬੜੀ ਹੈਰਾਨੀ ਵਾਲੀ ਗੱਲ ਸਾਡੇ ਵਾਸਤੇ ਕਈਆਂ ਲਈ ਵੀ ਬਾਬਾ ਸਾਹਿਬ ਨੂੰ ਤਾਂ ਆਪਾਂ ਜਾਣਦੇ ਹਾਂ, ਉਹ ਤਾਂ ਬਹੁਤ ਵੱਡੇ ਇੱਕ ਸੋਲਿਸਟਰ ਸੀਗੇ, ਇੱਕ ਲਾਇਰ ਸੀ, ਬਰਿਸਟਰ ਸੀਗੇ, ਬਹੁਤ ਵੱਡੇ ਕਾਨੂੰਨਦਾਨ ਸੀਗੇ, ਬਹੁਤ ਵੱਡੇ ਪ੍ਰੋਫੈਸਰ ਸੀਗੇ, ਬਹੁਤ ਵੱਡੇ ਰਿਸਰਚਰ ਸੀ, ਭਾਰਤ ਦੇ ਸੰਵਿਧਾਨ ਉਹਨਾਂ ਨੇ ਬਣਾਇਆ, ਬੜੇ ਵੱਡੇ ਕੌਂਸਟੀਟਿਊਸ਼ਨਲ ਐਕਸਪਰਟ ਸੀਗੇ, ਕੌਂਸਟੀਟਿਊਸ਼ਨ ਸਾਇੰਟਿਸਟ ਸੀਗੇ, ਜਿਹੜੇ ਭਾਰਤ ਦੇ ਜਿਹੜੇ ਆਰਚੀਟੈਕਟ ਆਫ ਦ ਇੰਡੀਅਨ ਕੌਂਸਟੀਟਿਊਸ਼ਨ ਉਹਨਾਂ ਨੂੰ ਕਹਿੰਦੇ ਆ, ਔਰਤ ਦੇ ਜਿਹੜੇ ਰਾਈਟਸ ਲੈ ਕੇ ਦਿੱਤੇ ਉਹਨਾਂ ਦੇ ਚੈਂਪੀਅਨ ਸੀ, ਹਿਊਮਨ ਰਾਈਟਸ ਦੇ ਚੈਂਪੀਅਨ ਸੀ, ਪਰ ਬਾਬਾ ਸਾਹਿਬ ਦਾ ਜਿਹੜੇ ਇਕੋਨਮੀ ਦੇ ਨਾਲ ਜਾਂ ਰਿਜ਼ਰਵ ਬੈਂਕ ਆਫ ਇੰਡੀਆ ਦੇ ਨਾਲ ਕਿੱਦਾਂ ਲਿੰਕ ਹੋ ਜਾਂਦਾ ਹੈਗਾ, ਇਹ ਕਈਆਂ ਵਾਸਤੇ ਬੜੀ ਹੈਰਾਨੀ ਵਾਲੀ ਗੱਲ ਹੈਗੀ ਹੈ, ਕਿਉਂਕਿ ਬਾਬਾ ਸਾਹਿਬ ਨੂੰ ਅਸੀਂ ਧਾਰਮਿਕ ਲੀਡਰ ਵੀ ਮੰਨਦੇ ਹਾਂ, ਉਹਨਾਂ ਨੇ ਬੁੱਧੀਜ਼ਮ ਦੇ ਬੁੱਧ ਧੰਮ ਸੰਘ ਦੀ ਸ਼ਰਨ ਆਪ ਆਏ, ਸਾਨੂੰ ਸਾਰਿਆਂ ਨੂੰ ਲੈ ਕੇ ਆਏ ਹੈਗੇ ਆ, ਰਿਲੀਜੀਅਸ ਦੇ ਵਿੱਚ, ਐਜੂਕੇਸ਼ਨ ਦੇ ਵਿੱਚ ਉਹਨਾਂ ਨੇ ਬਹੁਤ ਕੰਮ ਕੀਤਾ, ਬੜੇ ਸਕੂਲ ਕਾਲਜਿਸ ਉਹਨਾਂ ਨੇ ਖੋਲ੍ਹੇ ਹੈਗੇ ਆ, ਪੋਲੀਟੀਕਲ ਸਾਇੰਸ ਦੇ ਸੈਕਟਰ ਦੇ, ਪੋਲੀਟਿਕਸ ਦੇ ਵਿੱਚ ਉਹਨਾਂ ਨੇ ਬੜਾ ਕੀਤਾ, ਪਰ ਉਹਨਾਂ ਨੇ ਇਹਨਾਂ ਸਾਰਿਆਂ ਦੇ ਬਾਵਜੂਦ ਇੱਕ ਐਜੂਕੇਸ਼ਨ ਦੇ ਇਲਾਵਾ, ਇੱਕ ਪੋਲੀਟੀਸ਼ੀਅਨ ਦੇ ਇਲਾਵਾ, ਇੱਕ ਰਿਲੀਜੀਅਸ ਲੀਡਰ ਦੇ ਇਲਾਵਾ, ਇੱਕ ਰਿਸਰਚਰ ਦੇ ਇਲਾਵਾ, ਇੱਕ ਹਿਊਮਨ ਰਾਈਟਸ ਦੇ ਇਲਾਵਾ, ਉਹ ਬਾਬਾ ਸਾਹਿਬ ਇੱਕ ਬਹੁਤ ਵੱਡੇ ਦੁਨੀਆ ਦੇ ਆਪਣੇ ਟਾਈਮ ਦੇ ਮੰਨੇ ਹੋਏ ਇਕੋਨੋਮਿਸਟ ਹੋਏ ਆ।
ਦੁਨੀਆ ਦੇ ਮੰਨੇ ਹੋਏ ਆਪਣੇ ਇਕਨੋਮਿਸਟ ਹੋਏ ਹੈਗੇ ਆ। ਬੜੀ ਆਪਣੇ ਜਾਣਕਾਰੀ ਵਾਸਤੇ ਬਈ, ਬਾਬਾ ਸਾਹਿਬ ਜਿਹੜੇ ਆ ਉਹ ਪਹਿਲੇ ਪਹਿਲੇ ਜਿਹੜੇ ਆਪਣੇ ਆਪਾਂ ਜਿੱਦਾਂ ਸ਼ਡਿਊਲਡ ਕਾਸਟ ਕਮਿਊਨਿਟੀ ਕਹਿੰਦੇ, ਪਹਿਲੇ ਜਿਹੜੇ ਹੋਏ ਆ ਜਿਨ੍ਹਾਂ ਨੇ 10ਵੀਂ ਪਾਸ ਕੀਤੀ ਭਾਰਤ ਦੇ ਵਿੱਚ, ਪਹਿਲੇ ਦਲਿਤ ਹੋਏ ਆ ਜਿਨ੍ਹਾਂ ਨੇ 10ਵੀਂ ਪਾਸ ਕੀਤੀ, ਔਰ ਪਹਿਲੇ ਇੰਡੀਅਨ ਹੋਏ ਆ, ਪਹਿਲੇ ਭਾਰਤੀ ਹੋਏ ਆ ਸਾਰਿਆਂ ਵਿੱਚੋਂ ਜਿਨ੍ਹਾਂ ਨੇ ਇਕਨੋਮਿਕਸ ਦੇ ਵਿੱਚ ਵੀ ਡਾਕਟਰੇਟ ਦੀ ਡਿਗਰੀ ਉਹਨਾਂ ਨੇ ਕੀਤੀ ਹੈ। ਉਹਨਾਂ ਨੇ ਜਿਹੜੀ PhD ਜਿਹੜੀ ਹੈਗੀ ਆ ਜਿਹੜੀ ਆ ਕੋਲੰਬੀਆ ਯੂਨੀਵਰਸਿਟੀ ਤੋਂ 1917 ਵਿੱਚ ਜਿਹੜੀ ਕੀਤੀ ਆ PhD, ਤਾਂ ਉਹ 1917 ਵਿੱਚ ਇਕਨੋਮਿਕਸ ਦੇ ਵਿੱਚ ਪਹਿਲੇ ਭਾਰਤੀ ਹੋਏ ਗਏ। ਇਹਨੂੰ ਹੀ ਅੱਗੇ ਲੇਟਰ ਲੇਟਰ ਔਨ ਜਿਹੜੇ ਉਹਨਾਂ ਨੂੰ ਇਸੇ ਲੜੀ ਨੂੰ ਅਲੱਗ ਐਡਵਾਂਸ ਕਰਦੇ ਹੁੰਦੇ, ਉਹਨਾਂ ਨੂੰ ਲੰਡਨ ਸਕੂਲ ਆਫ ਇਕਨੋਮਿਕਸ ਨੇ 1921 ਦੇ ਵਿੱਚ ਡਾਕਟਰ ਆਫ ਸਾਇੰਸ ਇਨ ਇਕਨੋਮਿਕਸ ਇਕਨੋਮਿਕਸ ਦੇ ਵਿੱਚ DSC ਦੀ ਡਿਗਰੀ ਦਿੱਤੀ। ਦੇਖੋ ਕਿੱਡੀ ਵੱਡੀ ਹੈ, PhD ਇਨ ਇਕਨੋਮਿਕਸ ਫਸਟ ਪਰਸਨ, DSC ਇਨ ਇਕਨੋਮਿਕਸ ਫਸਟ ਪਰਸਨ ਇੰਡੀਅਨ ਹੈਗੇ ਆ। ਔਰ ਬਹੁਤ ਵੱਡੀਆਂ ਵੱਡੀਆਂ ਯੂਨੀਵਰਸਿਟੀ ਤੋਂ, ਕੋਲੰਬੀਆ ਯੂਨੀਵਰਸਿਟੀ ਤੋਂ, ਲੰਡਨ ਸਕੂਲ ਆਫ ਇਕਨੋਮਿਕਸ ਤੋਂ ਇਹਨਾਂ ਨੂੰ ਜਿਹੜੀ DSC ਦੀ ਡਿਗਰੀ ਦਿੱਤੀ ਗਈ ਹੈ। ਇਹਨਾਂ ਦਾ ਇਹ ਜਿਹੜਾ ਇਸ ਜਿਹੜੀ ਜਿਹੜੀ ਬੁੱਕ ਉਹਨਾਂ ਲਿਖੀ ਸੀ ਪ੍ਰੋਬਲਮ ਫੋਰ ਦਾ ਰੂਪੀ ਇਟਸ ਓਰਿਜਨ ਐਂਡ ਸੋਲਿਊਸ਼ਨ, ਤਾਂ ਉਹਦੇ ਬਿਹਾਫ 'ਤੇ ਇਹ ਜਿਹੜਾ ਰਿਜ਼ਰਵ ਬੈਂਕ ਆਫ ਇੰਡੀਆ ਜਿਹੜਾ ਸੈਟਅਪ ਕੀਤਾ ਗਿਆ ਸੀ। ਇਸੇ ਤਰ੍ਹਾਂ ਬਾਬਾ ਸਾਹਿਬ ਦੀ ਅਗਰ ਆਪਾਂ ਕੰਟਰੀਬਿਊਸ਼ਨ ਦੇਖੀਏ ਨਾ, ਜਿਹੜਾ ਅਗਰ ਇੱਕ ਮੋਨੀਟਰੀ ਮੋਨੀਟਰੀ ਜਿਹੜੀ ਇਕਨੋਮਿਕਸ ਦੇ ਇਕੋਨੋਮਿਸ ਹੈਗੇ, ਮੋਨੀਟਰੀ ਪੋਲਿਸੀ ਦੇ ਇਕੋਨਮੀ ਦੇ ਬੜੇ ਸਪੈਸ਼ਲਿਸਟ ਹੈਗੇ, ਮਾਸਟਰਸ ਹੈਗੇ, ਇਸੇ ਬਿਹਾ ਜਿਹੜੀ ਉਹਨਾਂ ਦੀ ਜਿਹੜੀ ਆ ਜਿਹੜੀ ਬੁੱਕ ਹੈਗੀ ਆ, ਇਹ ਮੋਨੀਟਰੀ ਸਿਸਟਮ ਜਿਹੜਾ ਗੋਲਡ ਸਟੈਂਡਰਡ ਗੋਲਡ ਐਕਸਚੇਂਜ ਸਟੈਂਡਰਡ 'ਤੇ ਇਹਨਾਂ ਨੇ ਰਿਸਰਚ ਕੀਤੀ ਸੀ। ਉਸ ਵੇਲੇ ਦੇ ਜਿਹੜੇ ਇਕੋਨਮਿਸਟ ਜੌਨ ਮੇਨਾਰਡ ਕੇਨਸ ਜਿਹੜੇ ਸੀਗੇ, ਉਹਨਾਂ ਨੂੰ ਕੋਂਟਰਾਡਿਕਟ ਕੀਤਾ ਸੀਗਾ, ਜਿਹੜੇ ਕੇਨਸ ਕਹਿੰਦੇ ਸੀਗੇ, ਕਿਉਂਕਿ ਟੈਕਨੀਕਲ ਟਰਮਸ ਹੈਗੀਆਂ ਇਹਦੇ ਵਿੱਚ ਇੰਨਾ ਜਾਣ ਦੀ ਤਾਂ ਆਪਾਂ ਨੂੰ ਨਹੀਂ ਲੋੜ ਹੈਗੀ ਆ, ਵੀ ਗੋਲਡ ਸਟੈਂਡਰਡ ਜਾਂ ਗੋਲਡ ਐਕਸਚੇਂਜ ਸਟੈਂਡਰਡ ਜਿਹੜਾ ਉਹ ਮੰਨਦੇ ਸੀ ਕੇਸ, ਬਾਬਾ ਸਾਹਿਬ ਨੇ ਉਹਨਾਂ ਦੀ ਉਹਨੂੰ ਰਿਜੈਕਟ ਕੀਤਾ ਸੀਗਾ। ਤਾਂ ਬਾਬਾ ਸਾਹਿਬ ਕਹਿੰਦੇ ਸੀ ਮੋਡੀਫਾਈਡ ਗੋਲਡ ਸਟੈਂਡਰਡ ਨੂੰ ਉਹਨਾਂ ਨੇ ਪ੍ਰੋਪੋਗੇਟ ਕੀਤਾ ਸੀਗਾ। ਇਸੇ ਤਰ੍ਹਾਂ ਜਿਹੜੇ ਦੂਸਰੀ ਅਗਰ ਫਿਰ ਆਪਾਂ ਨੇ ਬਾਬਾ ਸਾਹਿਬ ਜਿਹੜਾ ਕੰਟਰੀਬਿਊਸ਼ਨ ਹੈ ਪਬਲਿਕ ਫਾਈਨਾਂਸ, ਇਹ ਤਾਂ ਮੋਨੀਟਰੀ ਪੋਲਿਸੀ ਸੀ, ਪਬਲਿਕ ਫਾਈਨਾਂਸ ਜਿਹੜੀ ਪੋਲਿਸੀ ਆ, ਪਬਲਿਕ ਫਾਈਨਾਂਸ ਇਕੋਨਮਿਸਟ ਵੀ ਬਾਬਾ ਸਾਹਿਬ ਬਹੁਤ ਵਰਲਡ ਕਲਾਸ ਗਏ। ਉਹਨਾਂ ਨੇ ਜਿਹੜੀ PhD ਦੀ ਜਿਹੜੀ ਬੁੱਕ ਲਿਖੀ ਹੈਗੀ ਆ, ਜਿਹੜਾ ਡੈਜ਼ਰਟੇਸ਼ਨ ਉਹਨਾਂ ਨੇ ਸਬਮਿਟ ਕੀਤਾ ਸੀ, ਉਹਦਾ ਨਾਂ ਸੀ ਦਈ ਇਵੈਲਿਊਏਸ਼ਨ ਆਫ ਪ੍ਰੋਵਿੰਸ਼ੀਅਲ ਫਾਈਨਾਂਸ ਇਨ ਬ੍ਰਿਟਿਸ਼ ਇੰਡੀਆ। ਇਹਦੇ ਬਿਹਾਫ 'ਤੇ ਉਹਨਾਂ ਨੂੰ ਜਿਹੜੀ PhD ਦੀ ਡਿਗਰੀ ਦਿੱਤੀ ਸੀ ਇਕਨੋਮਿਕਸ ਦੇ ਵਿੱਚ। ਇਸ ਤੋਂ ਬਾਅਦ ਬਾਬਾ ਸਾਹਿਬ ਨੇ ਇੱਥੇ ਹੀ ਸਟੋਪ ਨਹੀਂ ਕੀਤਾ, ਬਾਬਾ ਸਾਹਿਬ ਇੱਕ ਬਹੁਤ ਵੱਡੇ ਐਗਰੀਕਲਚਰ ਇਕੋਨੋਮਿਸਟ ਵੀ ਹੋਏ ਆ। ਬਾਬਾ ਸਾਹਿਬ ਮੋਨੀਟਰੀ ਪੋਲਿਸੀ ਦੇ ਐਕਸਪਰਟਸ ਗਏ, ਪਬਲਿਕ ਫਾਈਨਾਂਸ ਇਕੋਨਮੀ ਦੇ ਐਕਸਪਰਟ ਸੀ, ਬਾਬਾ ਸਾਹਿਬ ਐਗਰੀਕਲਚਰ ਇਕੋਨਮੀ ਦੇ ਬੜੇ ਵੱਡੇ ਉਹ ਸਪੈਸ਼ਲਿਸਟ ਹੋਏ ਆ। ਉਹਨਾਂ ਨੇ ਜੋ ਸਮਾਲ ਹੋਲਡਿੰਗ ਪਬਲਿਕ ਦੇ ਜਿਹੜੀ ਆ ਹੋਲਡਿੰਗ ਦੇ ਵਿੱਚ ਐਗਰੀਕਲਚਰ ਦੇ ਵਿੱਚ ਰਿਫੋਰਮ ਜਿਹੜੇ ਹੈਗੇ ਆ ਉਹਦੇ ਵਿੱਚ ਬਹੁਤ ਉਹਨਾਂ ਨੇ ਸੁਧਾਰ ਕੀਤੇ ਆ, ਰਿਕਮੈਂਡੇਸ਼ਨ ਕੀਤੀ ਹੈਗੀ ਆ। ਇਹ ਤੋਂ ਇਲਾਵਾ ਹੋਰ ਅਗਰ ਇਕੋਨਮੀ ਦੇ ਵਿੱਚ ਆਪਾਂ ਮਲਟੀਪਰਪਸ ਰਿਵਰ ਵੈਲੀ ਪ੍ਰੋਜੈਕਟ ਜਿਹੜੇ, ਫੋਰ ਐਗਜ਼ਾਮਪਲ ਦਾਮੋਦਰ ਵੈਲੀ ਪ੍ਰੋਜੈਕਟ, ਸੋਨ ਰਿਵਰ ਵੈਲੀ ਪ੍ਰੋਜੈਕਟ, ਹੀਰਾਕੁਡ ਪ੍ਰੋਜੈਕਟ, ਨੈਸ਼ਨਲ ਵਾਟਰ ਪੋਲਿਸੀ, ਨੈਸ਼ਨਲ ਇਲੈਕਟ੍ਰੀਸਿਟੀ ਪੋਲਿਸੀ, ਔਰ ਜਿਹੜੇ ਇਲੈਕਟ੍ਰਿਕ ਗ੍ਰਿਡ ਸਿਸਟਮ ਹੈਗਾ ਇਹ ਵੀ ਬਾਬਾ ਸਾਹਿਬ ਦੀ ਦੇਣ ਹੈਗੀ ਆ। ਇਹ ਦੇਖੋ ਜੋ ਜਿਹੜੇ ਵੱਡੇ ਵੱਡੇ ਡੈਮ ਰਿਵਰਸ ਮਲਟੀਪਰਪਸ ਜਿਹੜੀਆਂ ਰਿਵਰ ਵੈਲੀ ਪ੍ਰੋਜੈਕਟ ਚੱਲੇ ਹੈਗੇ ਆ, ਇਹਦਾ ਇਹ ਬਾਬਾ ਸਾਹਿਬ ਦੀ ਸਾਡੀ ਪਲਾਨਿੰਗ ਸੀ। ਜਦੋਂ ਬਾਬਾ ਸਾਹਿਬ ਵਾਇਸ ਰਾਏ ਦੀ ਐਗਜੈਕਟਿਵ ਕੌਂਸਲ ਦੇ ਮੈਂਬਰ ਸੀਗੇ, ਲੇਬਰ ਮਿਨਿਸਟਰ ਸੀ, ਉਸ ਵੇਲੇ ਇਹਨਾਂ ਨੇ ਸਾਰੀ ਪਲਾਨਿੰਗ ਕੀਤੀ ਸੀ ਰਿਵਰ ਪ੍ਰੋਜੈਕਟ ਸੀ। ਉਸ ਵੇਲੇ ਇਹਨਾਂ ਨੇ ਸਾਰਾ ਲੇਬਰ ਲਾ ਜਿਹੜੇ ਹੈਗੇ 12-15 ਘੰਟੇ ਦੀ ਜਿਹੜੀ ਡਿਊਟੀ ਹੁੰਦੀ ਸੀ 8 ਘੰਟੇ ਕੀਤਾ ਸੀ, ਜਿਹੜੀ ਆ ਸੋਸ਼ਲ ਸਿਕਿਉਰਿਟੀ ਹੈਗੀ ਆ, ਪ੍ਰੋਵੀਡੈਂਟ ਫੰਡ ਦੀ ਹੈਗੀ ਆ, ਮਟਰਨਿਟੀ ਲੀਵ ਦੀ, ਇਹ ਸਾਰੀ ਇਕੋਨਮਿਸ ਦੀਆਂ ਗੱਲਾਂ, ਇਕੋਨਮੀ ਦੀਆਂ ਗੱਲਾਂ ਇਹ ਬਾਬਾ ਸਾਹਿਬ ਨੇ ਇਹ ਸਾਰੇ ਆਪਣੇ ਟਾਈਮ ਕੀਤੇ ਸੀਗੇ। ਤਾਂ ਪਰ ਇਹ ਚੀਜ਼ਾਂ ਨੂੰ ਆਪਣੇ ਆਪਣਾ ਆਪਣੇ ਹੈ ਨਾ ਜਾਣਦੇ ਨਹੀਂ ਹੈਗੇ, ਆਪਣੇ ਉਹ ਕੋਈ ਇਹਦੀ ਗਵਰਨਮੈਂਟ ਨਹੀਂ ਕੋਈ ਇਹਦਾ ਕੋਈ ਐਡਵਰਟਾਈਜ਼ ਕਰਦੀ, ਕੋਈ RBI ਜਦੋਂ ਐਨੀਵਰਸਰੀ ਆਉਂਦੀ ਹੈ ਬਾਬਾ ਸਾਹਿਬ ਦਾ ਉੱਥੇ ਕਿਤੇ ਨਾਂ ਮੈਨਸ਼ਨ ਤੱਕ ਨਹੀਂ ਕੀਤਾ ਜਾਂਦਾ। ਤਾਂ ਇਹਨਾਂ ਦੀ ਰਿਕਮੈਂਡੇਸ਼ਨ 'ਤੇ ਇਹ ਜਿਹੜਾ ਇਹਦਾ ਸੈਟਅਪ ਹੋਇਆ, ਤਾਂ ਜੋ ਤਰੱਕੀ ਕੀਤੀ ਆ ਬਾਬਾ ਸਾਹਿਬ ਦੀ ਜਿਹੜੀ, ਬਾਬਾ ਸਾਹਿਬ ਐਕਚੁਅਲੀ ਜਦੋਂ ਮਿਨਿਸਟਰ ਬਣੇ ਤਾਂ ਉਹ ਜਵਾਹਰ ਲਾਲ ਨਹਿਰੂ ਹੁਣ ਤੋਂ
ਉਹਨਾਂ ਤੋਂ ਪਲਾਨਿੰਗ ਡਿਪਾਰਟਮੈਂਟ ਮੰਗਦੇ ਸੀਗੇ ਵੀ ਮੈਨੂੰ ਪਲਾਨਿੰਗ, ਕਿਉਂਕਿ ਬਹੁਤ ਅੱਛੇ ਵੱਡੇ ਪਲਾਨਿੰਗ ਪਲਾਨਿੰਗ ਦੇ ਮਾਹਰ ਸੀਗੇ, ਜੋ ਪਲਾਨਿੰਗ ਉਹਨਾਂ ਨੇ ਕੀਤੀ ਵਾਇਸ ਰਾਏ ਐਗਜ਼ੈਕਟਿਵ ਕਾਉਂਸਲ ਦੇ ਵਿੱਚ ਰਹਿ ਕੇ, ਤਾਂ ਉਹਦੀ ਲਾਜਵਾਬ ਗਿਆ ਉਹਨਾਂ ਦੀ ਪਲਾਨਿੰਗ ਅਤੇ ਬਿਹਾਫ 'ਤੇ ਅੱਜ ਤੱਕ ਜਿਹੜੇ ਅੱਜ ਵੀ ਜਿਹੜੇ ਗ੍ਰਿਡ ਸਿਸਟਮ ਹੈ ਇਲੈਕਟ੍ਰਿਸਿਟੀ, ਉਹਨਾਂ ਦੀ ਪਲਾਨਿੰਗ ਦੇ ਹਿਸਾਬ ਨਾਲ ਚੱਲਦੇ ਆ, ਜਿਹੜੇ ਆਪਣੇ ਨਦੀਆਂ ਦਾ ਪਾਣੀ ਜਿਹੜਾ ਡੈਮ ਬਣਾਏ ਹੈਗੇ ਜਿਹੜੇ ਆ ਕੰਟਰੋਲ ਕੀਤਾ, ਫਲੱਡ ਕੰਟਰੋਲ ਕੀਤਾ, ਬਾਬਾ ਸਾਹਿਬ ਦੀ ਪਲਾਨਿੰਗ 'ਤੇ ਚੱਲਦੇ ਹੈਗੇ ਆ ਸਾਰਾ। ਜਿਹੜੇ ਫਾਈਨੈਂਸ਼ੀਅਲ ਕਮਿਸ਼ਨ ਜਿਹੜਾ ਹੈਗਾ ਭਾਰਤ ਦਾ, ਫਾਈਨਾਂਸ ਕਮਿਸ਼ਨ ਹੈਗਾ, ਉਹ ਵੀ 1951 ਦੇ ਬਾਬਾ ਸਾਹਿਬ ਦੇ ਰਿਕਮੈਂਡੇਸ਼ਨ 'ਤੇ ਉਹ ਬਣਿਆ ਸੀ। ਬਾਬਾ ਸਾਹਿਬ ਨੇ ਜਿਹੜੇ ਬਹੁਤ ਇਕੋਨਮਿਸਟ ਅਤੇ ਇਕੋਨਮੀ ਦੇ ਬਹੁਤ ਵੱਡੇ ਉਹ ਐਕਸਪਰਟ ਹੋਏ ਆ, ਪਰ ਆਪਾਂ ਨੂੰ ਕਦੀ ਇਹਦੇ ਬਾਰੇ ਗਏ ਨਹੀਂ, ਕਿਉਂਕਿ ਇਸ ਲਾਈਨ ਦੇ ਵਿੱਚ ਗਏ ਨਹੀਂ। ਆਪਾਂ ਸੰਵਿਧਾਨ ਪੜ੍ਹ ਲੈਂਦੇ ਹੈਗੇ ਹਾਂ, ਇਹਦੇ ਦੇਖ ਲੈਂਦੇ, ਉਹਦੇ ਬਾਰੇ ਚਰਚਾ ਕਰ ਲੈਂਦੇ, ਪਰ ਬਾਬਾ ਸਾਹਿਬ ਦੇ ਜਿਹੜੇ ਐਜ਼ ਐਨ ਇਕੋਨੋਮਿਸਟ, ਜਿੰਨਾ ਉਹਨਾਂ ਦਾ ਯੋਗਦਾਨ ਹੈ, ਇਹਦੇ ਬਾਰੇ ਬਹੁਤ ਘੱਟ ਚਰਚਾ ਹੁੰਦੀ, ਬਹੁਤ ਘੱਟ ਚਰਚਾ ਹੁੰਦੀ ਆ। ਜਿਹੜੀ ਕਿ ਜਿਹੜੇ ਸਾਡੇ ਇਕੋਨੋਮਿਸਟ ਹੈਗੇ ਆ, ਖਾਸ ਕਰਕੇ ਯੂਨੀਵਰਸਿਟੀ ਕਾਲਜ ਦੇ ਪ੍ਰੋਫੈਸਰ, ਇਕਨੋਮਿਕਸ ਦੇ ਪ੍ਰੋਫੈਸਰ ਹੈਗਾ, ਉਹਨਾਂ ਨੂੰ ਇਹਦੇ ਵਿੱਚ ਜ਼ਿਆਦਾ ਪਾਰਟ ਪਲੇ ਕਰਨਾ ਚਾਹੀਦਾ, ਲੋਕਾਂ ਨੂੰ ਅਵੇਅਰ ਕਰਨਾ ਚਾਹੀਦਾ, ਕਿਉਂਕਿ ਇਕਨੋਮਿਕਸ ਨੂੰ ਪੜ੍ਹਨਾ, ਪਬਲਿਕ ਫਾਈਨਾਂਸ ਨੂੰ ਪੜ੍ਹਨਾ, ਮੋਨਿਟਰੀ ਪੋਲਿਸੀ ਨੂੰ ਪੜ੍ਹਨਾ, ਸਮਝਣਾ ਕੋਈ ਈਜ਼ੀ ਨਹੀਂ ਹੈਗਾ, ਕਾਫੀ ਕਾਫੀ ਟੈਕਨੀਕਲ ਹੈਗਾ ਇਹਨੂੰ ਸਟੱਡੀ ਕਰਨਾ, ਔਰ ਕਾਫੀ ਮਿਹਨਤ ਚਾਹੀਦੀ। ਇਕਨੋਮਿਕਸ ਇੱਕ ਬਹੁਤ ਸਪੈਸ਼ਲਿਸਟ ਸਬਜੈਕਟ ਹੈਗਾ, ਜਿੱਦਾਂ ਹਿਸਟਰੀ ਪੋਲੀਟੀਕਲ ਸਾਇੰਸ ਥੋੜ੍ਹਾ ਈਜ਼ੀ ਹੈਗਾ, ਤਾਂ ਇਕਨੋਮਿਕਸ ਇੰਨਾ ਈਜ਼ੀ ਨਹੀਂ ਹੈਗਾ। ਹੁਣ ਜਦੋਂ ਇਹਦੀ ਗੱਲ ਆਉਂਦੀ ਹੈਗੀ ਆ ਵੀ ਰਿਜ਼ਰਵ ਬੈਂਕ ਦੀ, ਤਾਂ ਦੇਖੋ ਜਿਹੜੇ ਨਿਰਮਾਤਾ ਹੈਗੇ ਆ, ਜਿਹੜੇ ਇਹਦੇ ਜਿਹੜੇ ਜਿਨ੍ਹਾਂ ਨੇ ਇਸਟੈਬਲਿਸ਼ ਕੀਤਾ, ਬਾਬਾ ਸਾਹਿਬ ਡਾਕਟਰ ਅੰਬੇਡਕਰ ਮੋਨਿਟਰੀ ਪੋਲਿਸੀ ਜਿਹੜੀ ਹੈਗੀ ਆ, ਰਿਜ਼ਰਵ ਬੈਂਕ ਬਣਾਇਆ ਬਾਬਾ ਸਾਹਿਬ ਦੇ ਰਿਕਮੈਂਡੇਸ਼ਨ 'ਤੇ ਬਣਾਇਆ ਗਿਆ, ਪਰ ਅੱਜ ਤੱਕ ਭਾਰਤੀ ਕਰੰਸੀ 'ਤੇ ਕਦੀ ਵੀ ਬਾਬਾ ਸਾਹਿਬ ਦੀ ਫੋਟੋ ਨਹੀਂ ਲੱਗੀ। ਜਿਹੜਾ ਮਿਸਟਰ ਮੋਹਨਦਾਸ ਕਰਮਚੰਦ ਗਾਂਧੀ ਆ, ਉਹਦੀ ਫੋਟੋ ਜਿਹੜੀ ਆ ਉਹ ਕਰੰਸੀ 'ਤੇ ਦੇਖਣ ਨੂੰ ਮਿਲਦੀ ਆ, ਜਦਕਿ ਉਹ ਕਿਸੇ ਉਹਦਾ ਇਕਨੋਮਿਕਸ ਦੇ ਨਾਲ, ਇਕੋਨਮੀ ਦੇ ਨਾਲ ਦੂਰ ਦਾ ਵੀ ਮਿਸਟਰ ਗਾਂਧੀ ਦਾ ਵਾਸਤਾ ਨਹੀਂ ਰਿਹਾ। ਉਹ ਇੱਕ ਵਕੀਲ ਸੀਗੇ, ਸਿਰ ਵਕੀਲ ਹੀ ਸੀਗੇ, ਤਾਂ ਬਾਕੀ ਜੋ ਜਿਹੜੇ ਅਪੋਜ਼ ਕਰਦੇ ਰਹੇ ਸਾਰੀ ਉਮਰ ਬਾਬਾ ਸਾਹਿਬ ਨੂੰ, ਜਿਹੜੇ ਗਰੀਬਾਂ ਦੇ ਜਿਹੜੇ ਜਿਹੜੇ ਰਾਈਟਸ ਹੈਗੇ ਦਲਿਤਾਂ ਦੇ, ਉਹ ਤਾਂ ਹਮੇਸ਼ਾ ਅਪੋਜ਼ ਕਰਦੇ ਰਹੇ ਆ। ਪੂਨਾ ਪੈਕਟ ਜਿਹੜਾ ਉਹਨਾਂ ਕਰਕੇ ਹੋਇਆ ਹੈਗਾ, ਤਾਂ ਇਸ ਕਰਕੇ, ਪਰ ਉਹ ਜਿਹੜੇ ਇਕੋਨਮਿਸਟ ਕਦੀ ਹੋਏ ਨਹੀਂ, ਕਦੀ ਇਕੋਨਮੀ ਦਾ ਪਤਾ ਨਹੀਂ, ਜਿਹੜੇ ਸਿਰਫ ਇਹ ਕਹਿੰਦੇ ਚਰਖਾ ਕੱਤਣਾ ਹੈਗਾ ਆ, ਹੈਵੀ ਇੰਡਸਟਰੀ ਲਾਉਣੀ, ਇਕੋਨਮੀ ਦਾ ਪਤਾ ਨਹੀਂ, ਉਹਨਾਂ ਦੀ ਦੇਖੋ ਫੋਟੋ ਕਰੰਸੀ 'ਤੇ ਲੱਗੀ ਆ। ਤਾਂ ਬਾਬਾ ਸਾਹਿਬ ਦੀ ਉਹ ਅੱਜ ਤੱਕ ਵੀ, ਕਿਉਂਕਿ ਬਹੁਜਨ ਸਮਾਜ ਦਾ ਰਾਜ ਨਹੀਂ ਹੈ, ਪਾਪੂਲੇਸ਼ਨ ਦਾ ਮਜੋਰਟੀ ਤਾਂ ਹੈ ਪਰ ਰਾਜ ਨਹੀਂ ਹੈਗਾ, ਇਸ ਕਰਕੇ ਬਾਬਾ ਸਾਹਿਬ ਦਾ ਜਿਹੜਾ ਅੱਜ ਤੱਕ ਵੀ ਉਹ ਕਰੰਸੀ 'ਤੇ ਨਹੀਂ ਲੱਗੀ ਫੋਟੋ, ਜਿਹੜੀ ਕਿ ਬਹੁਤ ਦੇਰ ਪਹਿਲਾਂ ਲੱਗਣੀ ਚਾਹੀਦੀ ਹੈਗੀ ਹੈ। ਇੱਕ ਹੋਰ ਇਹਦੇ ਕਰ ਰਹੇ ਆ, ਅੱਜ ਕੱਲ੍ਹ ਦੇਖੋ ਜਿਹੜਾ ਰਿਜ਼ਰਵ ਬੈਂਕ ਆਫ ਇੰਡੀਆ ਹੈ, ਬਹੁਤ ਜਿਹੜੇ ਟੈਲੈਂਟਡ ਦਿਮਾਗ ਹੁੰਦੇ ਆ, ਇਹਨਾਂ ਨੂੰ ਗਵਰਨਰ ਲਾਇਆ ਜਾਂਦਾ, ਜਿਹਨਾਂ ਵਿੱਚੋਂ ਡਾਕਟਰ ਮਨਮੋਹਨ ਸਿੰਘ ਜਿਹੜੇ ਐਕਸ ਪ੍ਰਾਈਮ ਮਿਨਿਸਟਰ ਰਹੇ ਆਪਣੇ 1982 ਤੋਂ ਲੈ ਕੇ 88 ਤੱਕ, ਉਹ ਵੀ ਰਿਜ਼ਰਵ ਬੈਂਕ ਆਫ ਇੰਡੀਆ ਦੇ ਗਵਰਨਰ ਰਹੇ ਹੈਗੇ ਆ। ਰਘੂਰਾਮ ਰਾਜਨ ਜਿਹੜੇ ਉਹ ਰਿਜ਼ਰਵ ਬੈਂਕ ਆਫ ਇੰਡੀਆ ਦੇ ਗਵਰਨਰ ਰਹੇ ਹੈਗੇ ਆ। ਮਿਸਟਰ ਜਿਹੜੇ ਉਰਜਿਤ ਪਟੇਲ, ਉਹ ਰਹੇ ਹੈਗੇ ਆ, ਉਹ ਯੇਲ ਯੂਨੀਵਰਸਿਟੀ ਦੇ ਇਕਨੋਮਿਕਸ ਦੇ ਡਾਕਟਰੇਟ ਸੀਗੇ। ਡਾਕਟਰ ਮਨਮੋਹਨ ਸਿੰਘ ਦੀ ਤਾਂ ਆਪ ਸਾਰੇ ਜਾਣਦੇ, ਉਹ ਡਾਕਟਰੇਟ ਹੈਗੇ ਆ ਇਕਨੋਮਿਕਸ ਦੇ, ਬੜੇ ਵੱਡੇ ਵਰਲਡ ਕਲਾਸ ਉਹ ਜਿਹੜੇ ਇਕੋਨਮਿਸਟ ਸੀਗੇ। ਪਰ ਬੜੀ ਹੈਰਾਨੀ ਵਾਲੀ ਗੱਲ, ਜਦ ਦੀ ਮੋਦੀ ਸਰਕਾਰ ਗੌਰਮੈਂਟ ਆਈ ਹੈ, ਇਹਨਾਂ ਨੇ ਉਰਜਿਤ ਪਟੇਲ ਜਿਹੜੇ PhD ਸੀਗੇ ਇਕਨੋਮਿਕਸ ਦੇ ਯੇਲ ਯੂਨੀਵਰਸਿਟੀ ਤੋਂ, ਉਹਨਾਂ ਨੂੰ ਬਦਲ ਕੇ ਇੱਕ ਮਿਸਟਰ ਸ਼ਕਤੀਕਾਂਤ ਦਾਸ ਜਿਹੜੇ ਮੌਜੂਦਾ ਅੱਜ ਦੀ ਡੇਟ 'ਚ ਜਿਹੜੇ ਰਿਜ਼ਰਵ ਬੈਂਕ ਆਫ ਇੰਡੀਆ ਦੇ ਗਵਰਨਰ ਹੈਗੇ ਆ, ਉਹ ਇੱਕ ਫਾਰਮਰ IAS ਹੈਗੇ ਆ, ਉਹ IAS ਹੈਗੇ ਆ, ਔਰ ਉਹ ਉਹਨਾਂ ਦੀ ਜਿਹੜੀ ਕੁਆਲੀਫਿਕੇਸ਼ਨ ਹੈਗੀ ਆ, ਉਹ ਵੀ MA ਹਿਸਟਰੀ ਆ। ਜਸਟ ਇਮੈਜਿਨ, ਇੱਕ ਜਿਹੜਾ ਇਸ ਵੇਲੇ ਭਾਰਤ ਦਾ ਜਿਹੜਾ ਗਵਰਨਰ ਹੈਗਾ ਰਿਜ਼ਰਵ ਬੈਂਕ ਇੰਡੀਆ ਦਾ, ਉਹਦੀ ਕੁਆਲੀਫਿਕੇਸ਼ਨ MA ਹਿਸਟਰੀ ਆ, ਉਹ ਇਕੋਨਮਿਸਟ ਵੀ ਨਹੀਂ, ਉਹ ਇਕੋਨਮੀ ਦਾ ਇਕਨੋਮਿਕਸ ਨਾਲ ਦੂਰ ਦੂਰ ਦਾ ਵੀ ਸੰਬੰਧ ਨਹੀਂ, ਉਹਨੂੰ ਉਹ ਲਗਾਇਆ ਇਸ ਵੇਲੇ ਰਿਜ਼ਰਵ ਬੈਂਕ ਆਫ ਇੰਡੀਆ ਦਾ। ਤਾਂ ਜੋ ਹਾਲ ਹੈ ਇਕੋਨਮੀ ਦਾ, ਤੋਂ ਆਪਾਂ ਦੇਖ ਹੀ ਲਿਆ ਆ, ਕਰਕੇ ਜੋ ਇਨਫਲੇਸ਼ਨ ਦਾ ਰੇਟ ਆ, ਜੋ ਪੈਟਰੋਲ ਡੀਜ਼ਲ ਦੀਆਂ ਕੀਮਤਾਂ, ਜੋ ਉੱਥੇ ਅਨਇੰਪਲਾਈਮੈਂਟ ਹੈਗੀ ਆ। ਤਾਂ ਇੱਕ ਹਿਸਟੋਰੀਅਨ ਜਿਹੜਾ ਹਿਸਟਰੀ ਦਾ ਪ੍ਰੋਫੈਸਰ ਹੈਗਾ, ਹਿਸਟਰੀ ਦਾ ਮਾਸਟਰ ਗ੍ਰੈਜੂਏਟ IAS ਹੈਗਾ, ਉਹ ਇਸ ਵੇਲੇ ਜਿਹੜਾ ਰਿਜ਼ਰਵ ਬੈਂਕ ਆਫ ਇੰਡੀਆ ਦਾ ਹੈੱਡ ਹੈਗਾ, ਗਵਰਨਰ ਹੈਗਾ। ਇਹ ਅੱਜ ਹਾਲਾਤ ਹੈਗੀ ਆ।
ਤੋ ਅਸੀਂ ਉਮੀਦ ਕਰਦੇ ਹਾਂ ਕਿਉਂਕਿ ਜਿਸ ਦੇਸ਼ ਦੀ ਦੇਸ਼ ਉਹੀ ਤਰੱਕੀ ਕਰ ਸਕਦਾ ਹੁੰਦਾ ਜਿਸ ਦੀ ਇਕਨੋਮੀ ਸਟਰੋਂਗ ਹੋਵੇ, ਸਾਰਿਆਂ ਨੂੰ ਰੋਜ਼ਗਾਰ ਮਿਲੇ, ਇੰਪਲਾਇਮੈਂਟ ਹੋਵੇ, ਇਨਫਲੇਸ਼ਨ ਰੇਟ ਘੱਟ ਹੋਵੇ। ਤਾਂ ਇਹ ਬਾਬਾ ਸਾਹਿਬ ਨੇ ਜਿਹੜਾ ਜੋ ਸੋਚ ਕੇ ਬਣਾਇਆ ਸੀਗਾ ਰਿਜ਼ਰਵ ਬੈਂਕ ਆਫ ਇੰਡੀਆ ਦਾ, ਤਾਂ ਇਹ ਗਵਰਨਮੈਂਟ ਦੇ ਜੋ ਟੈਕਨੀਕਲ ਜੋ ਟੈਕਨੋਕ੍ਰੈਟਸ ਹੈਗੇ ਆ, ਜੋ ਸਪੈਸ਼ਲਿਸਟ ਹੈਗੇ ਆ, ਉਹ ਜੋਬਾਂ ਨਹੀਂ ਦਿੱਤੀਆਂ ਆਪਣਾ, ਉਹ ਦੇਖਦੇ ਹੈਗੇ ਆ ਵੀ ਇਹ ਜਿਹੜਾ RSS ਦਾ ਜਾਂ ਸੰਘ ਦਾ ਪਰਿਵਾਰ ਦਾ ਕੌਣ ਲਾਗੇ ਹੈਗਾ, ਕੌਣ ਕਿੱਦਾਂ, ਇਸ ਚੀਜ਼ ਨੂੰ ਜ਼ਿਆਦਾ ਪ੍ਰੈਫਰੈਂਸ ਦਿੱਤੀ ਜਾਂਦੀ ਆ, ਬਜਾਏ ਕਿ ਜਿਹੜੀ ਉਹਨੇ ਕੁਆਲੀਫਿਕੇਸ਼ਨ ਜਾਂ ਜਿਹੜੀ ਉਹਦੀ ਡੈਡੀਕੇਸ਼ਨ ਹੈਗੀ ਆ ਉਹਨੂੰ ਇੰਨੀ ਇੰਪੋਰਟੈਂਸ ਨਹੀਂ ਦਿੱਤੀ ਜਾਂਦੀ। ਤਾਂ ਬਾਬਾ ਸਾਹਿਬ ਬਾਰੇ ਜਿਹੜੇ ਅੰਮ੍ਰਿਤ ਸੇਨ ਹੈਗੇ, ਜਿਹੜੇ ਨੋਬਲ ਪ੍ਰਾਈਜ਼ ਮਿਲਿਆ ਉਹਨਾਂ ਨੂੰ ਇਕਨੋਮਿਕਸ ਦੇ ਵਿੱਚ, ਭਾਰਤੀ ਅੰਮ੍ਰਿਤਿਆ ਸੇਨ ਨੋਬਲ ਪ੍ਰਾਈਜ਼ ਵਿਨਰ ਇਕਨੋਮਿਕਸ ਦੇ, ਉਹ ਕਹਿੰਦੇ ਬਾਬਾ ਸਾਹਿਬ ਬਾਰੇ ਵੀ ਇਕਨੋਮਿਕਸ ਦੇ ਵਿੱਚ ਜਿਹੜੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਆ ਉਹ ਮੇਰੇ ਪਿਤਾ ਸਮਾਨ ਆ, ਮੇਰੇ ਗੁਰੂ ਆ। ਦੇਖੋ ਇੱਕ ਨੋਬਲ ਪ੍ਰਾਈਜ਼ ਜਿਹਨੂੰ ਮਿਲਿਆ ਇਕਨੋਮਿਕਸ ਦਾ, ਉਹ ਬੰਦਾ ਇਹ ਕਹਿ ਰਿਹਾ ਵੀ ਇਕਨੋਮਿਕਸ ਦੇ ਵਿੱਚ ਨਾ, ਇਕਨੋਮਿਕਸ ਦੇ ਵਿੱਚ ਬਾਬਾ ਸਾਹਿਬ ਡਾਕਟਰ ਮੇਰੇ ਪਿਤਾ ਆ, ਪਿਤਾ ਆ, ਮੇਰੇ ਗੁਰੂ ਆ, ਮੇਰੇ ਉਸਤਾਦ ਹੈਗੇ ਆ। ਇੱਥੇ ਤਾਂ ਇੰਨੇ ਵੱਡੇ ਇਕੋਨਮਿਸਟ ਬਾਬਾ ਸਾਹਿਬ ਡਾਕਟਰ ਅੰਬੇਡਕਰ ਹੋਏ ਹੈਗੇ ਆ। ਇੱਕ ਬੁੱਕ ਹੈਗੀ ਆ ਇਕੋਨਮੀ ਬਾਰੇ, ਡਾਕਟਰ ਅੰਬੇਡਕਰਸ ਰੋਲ ਇਨ ਇਕਨੋਮਿਕ ਪਲਾਨਿੰਗ ਵਾਟਰ ਐਂਡ ਪਾਵਰ ਪੋਲਸੀ, ਇਹ ਜਿਹੜੀ ਬੁੱਕ ਲਿਖੀ ਆ ਮਿਸਟਰ ਸੁਖਦਿਓ ਥੋਰਾਟ ਉਹਨਾਂ ਦੀ ਲਿਖੀ ਆ। ਮਿਸਟਰ ਸੁਖਦਿਓ ਥੋਰਾਟ ਖੁਦ ਇੱਕ ਬਹੁਤ ਵੱਡੇ ਇਕੋਨਮਿਸਟ ਹੈਗੇ ਆ ਭਾਰਤ ਦੇ, ਔਰ ਉਹ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਦੇ UGC ਦੇ ਚੇਅਰਮੈਨ ਰਹੇ ਹੈਗੇ ਆ। ਉਹਨਾਂ ਨੇ ਇਹ ਬੁੱਕ ਲਿਖੀ ਆ ਅੰਬੇਡਕਰਸ ਰੋਲ ਇਨ ਇਕਨੋਮਿਕ ਪਲਾਨਿੰਗ ਵਾਟਰ ਐਂਡ ਪਾਵਰ ਪੋਲਸੀ। ਤਾਂ ਉਹਦੇ ਵਿੱਚ ਜਿਹੜੇ ਡੈਮ ਦੇ ਵਿੱਚ ਵਾਟਰ ਜਿਹੜੀ ਸਿਸਟਮ ਹੈਗਾ ਆ, ਰਿਵਰ ਵੈਲੀ ਪ੍ਰੋਜੈਕਟ ਹੈਗੇ ਆ, ਮਲਟੀ ਪਰਪਸ ਪ੍ਰੋਜੈਕਟ ਜਿਹੜੇ ਹੈਗੇ ਆ, ਬੜੀ ਵਧੀਆ ਸੁਖਦਿਓ ਥਰਾਟ ਉਹਨਾਂ ਨੇ ਦਿੱਤੀ ਹੈ ਬੁੱਕ ਦੇ ਵਿੱਚ। ਬਾਬਾ ਸਾਹਿਬ ਟਰੂ ਜਿਹੜੇ ਹੈਗੇ ਆ ਇਕੋਨਮਿਸਟ ਹਨ, ਉਹ 'ਚ ਇਹ 'ਚੋਂ ਬੁੱਕ 'ਚੋਂ ਬਹੁਤ ਪਤਾ ਲੱਗਦਾ ਵੀ ਉਹਨਾਂ ਦਾ ਕਿੰਨਾ ਰੋਲ ਹੈਗਾ ਆ ਵਾਟਰ ਪੋਲਸੀ ਦੇ ਵਿੱਚ, ਇਲੈਕਟ੍ਰੀਸਿਟੀ ਪੋਲਸੀ ਦੇ ਵਿੱਚ, ਪਲਾਨਿੰਗ ਦੇ ਵਿੱਚ। ਇਹ ਬੁੱਕ ਜ਼ਰੂਰ ਪੜ੍ਹਨੀ ਚਾਹੀਦੀ ਹੈਗੀ ਆ, ਉੱਥੋਂ ਪਤਾ ਲੱਗਦਾ ਬਾਬਾ ਸਾਹਿਬ ਦਾ ਜਿਹੜਾ ਐਜ਼ ਐਨ ਇਕੋਨਮਿਸਟ। ਤਾਂ ਇਹ ਸੀ ਸਾਥੀਓ ਥੋੜ੍ਹੇ ਜਿਹੇ ਵਿਚਾਰ ਬਾਬਾ ਸਾਹਿਬ ਐਜ਼ ਐਨ ਇਕੋਨਮਿਸਟ, ਕਿਉਂਕਿ ਇਹਨਾਂ ਦੇ ਹਰੇਕ ਫੀਲਡ 'ਤੇ ਸਾਨੂੰ ਗੱਲ ਕਰ ਜੇ ਐਜ਼ ਐਨ ਇਕੋਨਮਿਸਟ, ਜਦੋਂ ਅੱਜ ਗੱਲ ਕਰ ਰਹੇ ਹੈਗੇ ਰਿਜ਼ਰਵ ਬੈਂਕ ਆਫ ਇੰਡੀਆ ਦੀ, ਕਿਉਂਕਿ ਐਨੀਵਰਸਰੀ ਹੈਗੀ ਆ, ਜਦੋਂ ਐਜੂਕੇਸ਼ਨ ਦੀ ਗੱਲ ਆਉਂਦੀ ਹੈ ਉਹਨਾਂ ਦੇ ਸਕੂਲਾਂ ਕਾਲਜਾਂ ਬਾਰੇ ਆਪਾਂ ਨੂੰ ਗੱਲ ਕਰਨੀ ਚਾਹੀਦੀ ਹੈ। ਜਦੋਂ ਕੌਨਸਟੀਟਿਊਸ਼ਨ ਡੇ ਆਉਂਦਾ ਉਸ ਵਾਲੇ ਉਹਨਾਂ ਦੇ ਸੰਵਿਧਾਨਿਕ ਜਿਹੜੇ ਹੈਗੇ ਆ, ਜਦੋਂ ਦੂਸਰੇ ਕੋਈ ਔਰਤਾਂ ਬਾਰੇ, ਭੈਣਾਂ ਬਾਰੇ ਜਿਹੜੇ ਉਹਨਾਂ ਰਾਈਟਸ ਬਾਰੇ, ਜੋ ਹਿੰਦੂ ਕੋਡ ਬਿੱਲ ਬਾਰੇ ਆਪਣਾ ਚਰਚਾ ਕਰਨੀ ਚਾਹੀਦੀ ਹੈ ਇੱਦਾਂ ਗਰੁੱਪਾਂ ਦੇ ਵਿੱਚ, ਸੋਸ਼ਲ ਮੀਡੀਆ ਦੇ, ਤਾਂ ਕਿ ਜਿਹਨਾਂ ਲੋਕਾਂ ਨੂੰ ਨਹੀਂ ਪਤਾ ਬਾਬਾ ਸਾਹਿਬ ਦੇ ਕਿਸੇ ਪਹਿਲੂ ਦਾ, ਕਿਸੇ ਕੰਟਰੀਬਿਊਸ਼ਨ ਦਾ, ਤਾਂ ਉਹਦੇ ਵਿੱਚ ਜਾਣਕਾਰੀ ਹੋ ਸਕੇ। ਤਾਂ ਕਾਫੀ ਲੰਬੀ ਪੋਸਟ ਹੋ ਗਈ ਹੈ, ਤਾਂ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਤੁਹਾਡਾ ਟਾਈਮ ਕੱਢਣ ਦਾ, ਸੁਣਨ ਦਾ। ਅਤੇ ਕੱਲ੍ਹ ਜਿਹੜਾ ਫਸਟ ਐਨੀ ਜਿਹੜੀ 1 ਅਪ੍ਰੈਲ ਨੂੰ ਐਨੀਵਰਸਰੀ ਆ ਰਹੀ ਹੈ ਰਿਜ਼ਰਵ ਬੈਂਕ ਆਫ ਇੰਡੀਆ ਦੀ, ਉਹਦੀਆਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕ ਦਿੰਦੇ ਹਾਂ। ਔਰ ਬਾਬਾ ਸਾਹਿਬ ਦੇ ਅਸੀਂ ਕੋਟ ਕੋਟ ਨਮਨ ਕਰਦੇ ਹਾਂ, ਉਹਨੂੰ ਪ੍ਰਣਾਮ ਕਰਦੇ ਹਾਂ ਕਿ ਉਹਨਾਂ ਦੀ ਕੰਟਰੀਬਿਊਸ਼ਨ ਨਾਲ, ਉਹਨਾਂ ਦੇ ਸਹਿਯੋਗ ਨਾਲ ਅਸੀਂ ਜਿਹੜੇ ਆਪਣੇ ਆਪਣੇ ਸੁੱਖ ਮਾਣ ਰਹੇ ਹਾਂ, ਭਾਰਤ ਦਾ ਦੇਸ਼ ਤਰੱਕੀ ਕਰ ਰਿਹਾ, ਵੱਧ ਫੁੱਲ ਰਿਹਾ, ਪਰ ਜਿੱਥੇ ਜਿੱਥੇ ਕੋਈ ਕਮੀ ਹੈਗੀ ਉਹ ਸਰਕਾਰ ਦੀ ਕਮੀ ਹੈਗੀ ਆ, ਮੌਜੂਦਾ ਗਵਰਨਮੈਂਟ ਦੀ ਜਾਂ ਪੁਰਾਣੀਆਂ ਸਰਕਾਰਾਂ ਦੀ ਕਮੀ ਆ, ਸੰਵਿਧਾਨ ਦੀ ਕਿਤੇ ਕਮੀ ਨਹੀਂ, ਬਾਬਾ ਸਾਹਿਬ ਦੀ ਸੋਚ ਦੀ ਕਮੀ ਨਹੀਂ, ਲੋਕਾਂ ਦੀ ਕੋਈ ਕਮੀ ਨਹੀਂ, ਸਾਡੇ ਪੋਲੀਟੀਕਲ ਜਿਹੜੀ ਲੀਡਰਸ਼ਿਪ ਹੈਗੀ ਆ ਉਹਦੀਆਂ ਕਮਜ਼ੋਰੀਆਂ ਕਰਕੇ, ਉਹਦੀ ਬੇਵਫਾਈ ਕਰਕੇ, ਉਹਦੀ ਉਹਨਾਂ ਦੇ ਧੋਖਾ, ਉਹਨਾਂ ਦੀ ਕਰਪਸ਼ਨ ਕਰਕੇ, ਜੋ ਅਗਰ ਇੰਡੀਆ ਤਰੱਕੀ ਨਹੀਂ ਕਰ ਰਿਹਾ ਤਾਂ ਇਸ ਕਰਕੇ ਨਹੀਂ ਕਰ ਰਿਹਾ ਹੈਗਾ। ਅਦਰਵਾਈਜ਼ ਜੋ ਅਗਰ ਬਾਬਾ ਸਾਹਿਬ ਦੇ ਸੰਵਿਧਾਨ ਨੂੰ ਅਸੀਂ ਪੂਰੀ ਤਰ੍ਹਾਂ ਲਾਗੂ ਕਰਵਾ ਲਈਏ, ਗਵਰਨਮੈਂਟਾਂ ਲਾਗੂ ਕਰਨ, ਸੱਚੇ ਦਿਲੋਂ ਲਾਗੂ ਕਰਨ, ਤਾਂ ਸਾਨੂੰ ਕੋਈ ਐਸੀ ਚੀਜ਼ ਨਹੀਂ, ਐਸੀ ਲੋੜ ਨਹੀਂ ਜਿਹੜੀ ਸਾਡੀ ਅਸੀਂ ਉੱਥੋਂ ਲੋਕਲ ਪੂਰੀ ਨਹੀਂ ਕਰ ਸਕਦੇ। ਤਾਂ ਅੰਤ ਵਿੱਚ ਇੱਕ ਵਾਰੀ ਫਿਰ ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਨਮੋ ਬੁੱਧਾ, ਜੈ ਭੀਮ।